अजीत वैब टीवी देख रहे सारे दर्शकों का साडे प्रोग्राम कला ते कलाकार दे विच स्वागत है। मैं दिप्ति चीमा अज तुहाडे नाल रूबरू करवा जा रही हाँ एक ऐसे कलाकार दे नाल जिसने संगीत की दुनिया विच पंजाब दा ही नहीं बल्कि अंतरराष्ट्रीय पद्धर ते भारत की नुमाइंदगी की है। मैं गल कर रही हाँ दिलजान बारे। दिलजान जी तुहाडा साडे स्टूडियो दे विच स्वागत है। मेहरबानी जी। अजीत वैब टीवी देख रहे सारे ही स्रोतियों मेरे वालों थोड़े अपने दिलजान वालों प्यार भरी सत श्रीकाल अदाब नमस्कार है जी। दिलजान जी अज असीं तुहाडे संगीत दे सफर बारे गल करांगे जी कि तुसीं अपने संगीत दा सफर किस उम्र विच ते कदों शुरू कीता? संगीत दा शौक मैनूं बचपन तो ही सी क्योंकि मेरी फैमिली विच जिहड़ा गाना बजाना है ये चलदा रहिंदा सीगा और मेरे डैड नूं बहुत शौक सीगा संगीत दा और प्रोफेशनली उन्होंने कुछ टाइम गाया भी है और जिहड़ी मैनू संगीत दी जिहड़ी मेरी मुढ़ली सिक्ख्या भी आपां कह सकदे हां ओह मेरी मैनू डैड तों ही मिली है। सो संगीत दा जिहड़ा रुझान है ओह मैनू मेरी फैमिली तों ही मिलिया। ਜਦੋਂ ਕਾਲਜ ਸ਼ੁਰੂ ਹੋਇਆ ਤਾਂ ਉਦੋਂ ਵੀ ਤੁਸੀਂ ਪਾਰਟਿਸਿਪੇਟ ਵਗੈਰਾ ਕਰਦੇ ਸੀਗੇ? ਹਾਂਜੀ ਬਿਲਕੁਲ ਮੈਂ ਕਾਲਜ ਦੇ ਯੂਥ ਫੈਸਟੀਵਲਸ ਵਿੱਚ ਮੈਂ ਬਹੁਤ ਪਰਫੋਰਮ ਕੀਤਾ ਹੈ ਔਰ ਇੰਟਰ ਯੂਨੀਵਰਸਿਟੀ ਵੀ ਗਾਇਆ ਔਰ ਉਹਦੇ ਵਿੱਚ ਮੇਰਾ ਫੋਕ ਵੀ ਫਸਟ ਰਿਹਾ 2 ਵਾਰ ਔਰ ਇੱਦਾਂ ਹੀ ਬਸ ਇਹ ਸਫ਼ਰ ਜਿਹੜਾ ਸਕੂਲ ਤੋਂ ਕਾਲਜ ਤੋਂ ਚੱਲਦਾ ਚੱਲਦਾ ਇਹਦੀ ਹੁਣ ਇਹ ਸਫ਼ਰ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਕਲਾ ਪੂਰੀ ਤਰ੍ਹਾਂ ਸਿੱਖਣੀ ਹੋਵੇ ਤਾਂ ਸਾਨੂੰ ਕੋਈ ਗੁਰੂ ਧਾਰਨਾ ਪੈਂਦਾ ਹੈ, ਤੇ ਜੀ ਤੁਸੀਂ ਕਿਹਨੂੰ ਆਪਣਾ ਗੁਰੂ ਧਾਰਿਆ ਇਸ ਲਾਈਨ ਦੇ ਵਿੱਚ? ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਸੰਗੀਤ ਦਾ ਮਾਹੌਲ ਸਾਡੀ ਫੈਮਿਲੀ ਵਿੱਚ ਸੀਗਾ ਪਹਿਲਾਂ ਹੀ ਔਰ ਜਿਹੜੀ ਮੇਰੀ ਮੁੱਢਲੀ ਸਿੱਖਿਆ ਹੈ ਉਹ ਵੀ ਮੇਰੇ ਡੈਡ ਤੋਂ ਹੀ ਹੋਈ ਹੈ ਸੰਗੀਤ ਦੀ ਔਰ ਮੇਰੇ ਡੈਡ ਉਸਤਾਦ ਜਨਾਬ ਪੂਰਨ ਸ਼ਾਹ ਕੋਟੀ ਸਾਹਿਬ ਉਹਨਾਂ ਦੇ ਸ਼ਾਗਿਰਦ ਨੇ ਅੱਛਾ ਔਰ ਮੈਨੂੰ ਵੀ ਜਦੋਂ ਮੌਕਾ ਮਿਲਦਾ ਹੈ ਮੈਂ ਗੁਰੂ ਜੀ ਕੋਲ ਜਾ ਕੇ ਸਿੱਖਦਾ। ਸੰਗੀਤ ਦਾ ਮੈਂ ਰਿਆਜ਼ ਦਾ ਟਾਈਮ ਰੱਖਿਆ ਹੋਇਆ ਸਵੇਰ ਦਾ ਸ਼ਾਮ ਦਾ ਔਰ ਬਾਕੀ ਜਦੋਂ ਵੀ ਮੈਨੂੰ ਟਾਈਮ ਮਿਲਦਾ ਕਿਉਂਕਿ ਜਿਹੜਾ ਸ਼ੌਂਕ ਹੁੰਦਾ ਹੈ ਉਹਦੇ ਲਈ ਤੁਸੀਂ ਇੱਕ ਸੀਮਾ ਇੱਕ ਟਾਈਮ ਨਹੀਂ ਰੱਖ ਸਕਦੇ ਜਦੋਂ ਤੁਹਾਨੂੰ ਉਹ ਤਾਂਘ ਲੱਗਣੀ ਹੈ ਤੁਸੀਂ ਹਾਰਮੋਨੀਅਮ ਫੜਨਾ ਹੈ ਅਤੇ ਬਸ ਸੰਗੀਤ ਜਾਰੀ ਹੈ। ਸੋ ਇੱਦਾਂ ਜਦੋਂ ਮੈਨੂੰ ਟਾਈਮ ਮਿਲਦਾ ਉਦੋਂ ਮੈਂ ਆਪਣਾ ਰਿਆਜ਼ ਕਰਦਾ। ਬਾਕੀ ਹੁਣ ਕੁਛ ਸਰੋਤਿਆਂ ਦੇ ਪਿਆਰ ਸਦਕਾ ਰੁਝੇਵਾਂ ਇੰਨਾ ਹੋ ਗਿਆ ਸ਼ੋਜ਼ ਵਿੱਚ ਕਈ ਵਾਰ ਟਾਈਮ ਨਹੀਂ ਲੱਗਦਾ ਪਰ ਉਹ ਰਿਆਜ਼ ਅਸੀਂ ਫਿਰ ਸਟੇਜ 'ਤੇ ਕਰ ਲਈਦਾ। ਚਲੋ ਵਧੀਆ ਗੱਲ ਹੈ। ਤੁਸੀਂ ਆਵਾਜ਼ ਪੰਜਾਬ ਦੀ ਵਿੱਚ ਵੀ ਪਾਰਟਿਸਿਪੇਟ ਕੀਤਾ ਅਤੇ ਤੁਹਾਨੂੰ ਉਹਦੇ ਵਿੱਚ ਆਉਣ ਲਈ ਕਿਹਨੇ ਪ੍ਰੇਰਣਾ ਦਿੱਤੀ? ਆਵਾਜ਼ ਪੰਜਾਬ ਦੀ ਤੋਂ ਪਹਿਲਾਂ ਮੈਂ ਕਾਫੀ ਕੰਪੀਟੀਸ਼ਨਸ ਜਿੱਦਾਂ ਸਾਡੇ ਜਲੰਧਰ ਵਿੱਚ ਦੇਸ਼ ਭਗਤ ਯਾਦਗਾਰ ਹਾਲ ਗਦਰੀ ਬਾਬਿਆਂ ਦਾ ਬਹੁਤ ਵੱਡਾ ਮੇਲਾ ਲੱਗਦਾ ਹਾਂਜੀ ਉੱਥੇ ਮੈਂ ਹਰ ਸਾਲ ਪਰਫੋਰਮ ਕਰਦਾ ਹੁੰਦਾ ਸੀ ਅਤੇ ਉੱਥੇ ਵੀ ਮੇਰਾ ਫਸਟ ਪੁਜੀਸ਼ਨ ਹੁੰਦਾ ਸੀਗਾ। ਸੋ ਉਸੇ ਚੀਜ਼ ਤੋਂ ਹੀ ਮੈਨੂੰ ਜਦੋਂ ਹੌਸਲਾ ਮਿਲਿਆ ਕਿ ਹਾਂ ਮੈਂ ਕੁਛ ਕਰ ਸਕਦਾ ਇੱਦਾਂ ਹੀ ਇਹ ਸਫ਼ਰ ਜਿਹੜਾ ਚੱਲਦਾ ਚੱਲਦਾ ਰਿਹਾ ਔਰ ਉਸ ਤੋਂ ਬਾਅਦ ਫਿਰ ਆਵਾਜ਼ ਪੰਜਾਬ ਦੀ 'ਚ ਬਹੁਤ ਪਿਆਰ ਮਿਲਿਆ ਔਰ ਹੁਣ ਲੇਟੈਸਟ ਜਿਹੜਾ ਸੁਰਖੇਤਰ 'ਚ ਹਾਂਜੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਦੁਆਵਾਂ ਦਿੱਤੀਆਂ। ਸੋ ਉਸੇ ਦੇ ਹੀ ਕਰਕੇ ਉਸ ਪ੍ਰੋਗਰਾਮ ਦੇ ਕਰਕੇ ਅੱਜ ਜੋ ਮੇਰੀ ਪਛਾਣ ਬਣੀ ਹੈ ਆਲ ਓਵਰ ਇੰਡੀਆ। ਸੋ ਮੈਂ ਸਾਰਾ ਕ੍ਰੈਡਿਟ ਉਸ ਸ਼ੋਅ ਨੂੰ ਦਿੰਦਾ। ਜਦੋਂ ਤੁਸੀਂ ਸੁਰ ਖੇਤਰ ਦੇ ਵਿੱਚ ਆਏ ਤੇ ਤੁਸੀਂ ਇੱਕ ਜਦੋਂ ਭਾਰਤ ਨੂੰ ਰੀਪ੍ਰੈਜ਼ੈਂਟ ਕੀਤਾ ਜੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਇੱਕ ਕੰਟੈਸਟੈਂਟ ਹੁੰਦਾ ਉਹਦੇ ਉੱਤੇ ਇੱਕ ਜ਼ਿੰਮੇਵਾਰੀ ਪੈ ਜਾਂਦੀ ਹੈ ਜਦੋਂ ਇੱਕ ਦੇਸ਼ ਨੂੰ ਰੀਪ੍ਰੈਜ਼ੈਂਟ ਕਰਦਾ ਆ? ਬਿਲਕੁਲ ਬਿਲਕੁਲ ਜਿਹੜਾ ਸਾਡਾ ਇਹ ਸ਼ੋਅ ਸੀਗਾ ਇਹਦੇ ਵਿੱਚ ਇੰਡੀਆ ਵਰਸਿਸ ਪਾਕਿਸਤਾਨ ਸੀਗਾ। ਹਾਂਜੀ ਸਾਡਾ ਕਿਉਂਕਿ 10 ਕੰਟੈਸਟੈਂਟ ਜਿਹੜੇ ਇੰਡੀਆ ਤੋਂ ਸੀਗੇ ਔਰ ਇੱਦਾਂ ਹੀ 10 ਕੰਟੈਸਟੈਂਟ ਪਾਕਿਸਤਾਨ ਤੋਂ ਸੀਗੇ ਔਰ ਮੈਂ ਬੜਾ ਲੱਕੀ ਰਿਹਾ ਕਿ ਜਦੋਂ ਮੇਰਾ ਆਡੀਸ਼ਨ ਹੋਇਆ ਇਹ ਆਡੀਸ਼ਨ ਸਾਡਾ ਲੁਧਿਆਣਾ ਜਿਹੜਾ ਪੰਜਾਬ ਦਾ ਪੈਨਲ ਇਹਨਾਂ ਨੇ ਰੱਖਿਆ ਸੀਗਾ ਹਾਂਜੀ ਉਹ ਲੁਧਿਆਣਾ ਸੀਗਾ ਆਲ ਓਵਰ ਪੰਜਾਬ ਦਾ ਔਰ ਉਹਦੇ ਵਿੱਚ ਘੱਟੋ ਘੱਟ 3,000 ਕੰਟੈਸਟੈਂਟ ਨੇ ਜਿਹੜਾ ਪਾਰਟੀਸਪੇਟ ਕੀਤਾ ਸੀਗਾ ਆਡੀਸ਼ਨ ਦਿੱਤਾ ਸੀਗਾ ਔਰ ਮੈਂ ਬੜਾ ਲੱਕੀ ਰਿਹਾ ਕਿ ਉਹਨਾਂ 3,000 ਵਿੱਚੋਂ ਮੈਂ ਇਕੱਲਾ ਹੀ ਸਿਲੈਕਟ ਹੋਇਆ ਸੀਗਾ ਔਰ ਬਹੁਤ ਮਾਣ ਦੀ ਗੱਲ ਹੈ ਮੈਂ ਆਪਣੇ ਪੰਜਾਬ ਨੂੰ ਇੱਕ ਤਰ੍ਹਾਂ ਰੀਪ੍ਰਜੈਂਟ ਕੀਤਾ ਔਰ ਪੰਜਾਬ ਦੇ ਵਿੱਚੋਂ ਉੱਠ ਕੇ ਮੈਂ ਆਲ ਓਵਰ ਇੰਡੀਆ ਨੂੰ ਆਪਣੇ ਨੂੰ ਰੀਪ੍ਰਜੈਂਟ ਕੀਤਾ। ਮੇਰੇ ਸਿਰ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਵੀ ਸੀ ਇਹ ਔਰ ਬਹੁਤ ਬਾਕਾਇਦਾ ਮੈਂ ਅੱਛੇ ਤਰੀਕੇ ਨਾਲ ਮੇਰੇ ਪਰਮਾਤਮਾ ਦੇ ਸ਼ੀਰਵਾਦ ਸਦਕਾ ਅੱਛੇ ਤਰੀਕੇ ਨਾਲ ਨਿਭਾਈ ਹੈ ਸਰੋਤਿਆਂ ਨੇ ਸਾਰੀਆਂ ਪਰਫੋਰਮੈਂਸ ਦੇਖੀਆਂ ਹੀ ਹੈ। ਚਲੋ ਬਹੁਤ ਵਧੀਆ ਗੱਲ ਹੈ। ਅਸੀਂ ਇੱਕ ਹੋਰ ਕੁਐਸਚਨ ਕਿ ਜਿੱਦਾਂ ਅੱਜ ਕੱਲ੍ਹ ਜਿਹੜਾ ਯੂਥ ਹੈ ਉਹਦੇ ਵਿੱਚ ਜਿੱਦਾਂ ਇੰਨਾ ਟੈਲੈਂਟ ਹੈ ਅਤੇ ਇੱਕ ਰਿਐਲਿਟੀ ਸ਼ੋਅ ਉਹਨਾਂ ਦੇ ਲਈ ਇੱਕ ਵਧੀਆ ਪਲੇਟਫਾਰਮ ਹੈ, ਤੁਸੀਂ ਕੀ ਮੰਨਦੇ ਹੋ? ਬਿਲਕੁਲ ਅੱਜ ਦਾ ਯੂਥ ਲਈ ਜਿਹੜੇ ਰਿਐਲਿਟੀ ਸ਼ੋਜ਼ ਨੇ ਬਹੁਤ ਬਹੁਤ ਜ਼ਿਆਦਾ ਮਾਇਨੇ ਰੱਖਦੇ ਨੇ ਕਿਉਂਕਿ ਤੁਸੀਂ ਦੇਖਿਆ ਹੀ ਆ ਪਹਿਲਾਂ ਜਦੋਂ ਕੋਈ ਮੀਡੀਆ ਨਹੀਂ ਹੁੰਦਾ ਸੀਗਾ ਹਾਂਜੀ ਉਦੋਂ ਕਿੰਨੀ ਮਿਹਨਤ ਹੁੰਦੀ ਸੀ ਔਰ ਜਿਹੜਾ ਤੁਹਾਨੂੰ ਇੱਕ ਮੁਕਾਮ ਬਹੁਤ ਬਹੁਤ ਹੀ ਔਖਾ ਮਿਲਦਾ ਸੀਗਾ ਔਰ ਹੁਣ ਮੀਡੀਆ ਦੇ ਕਰਕੇ ਅੱਜ ਇੰਨਾ ਈਜ਼ੀ ਹੋ ਗਿਆ ਹੈ ਔਰ ਬਾਕੀ ਤੁਹਾਡੀ ਮਿਹਨਤ ਤਾਂ ਹੁੰਦੀ ਹੈ ਜੋ ਤੁਸੀਂ ਮਿਹਨਤ ਕਰਦੇ ਹੋ ਉਹ ਮਿਹਨਤ ਤਾਂ ਤੁਹਾਡੀ ਰੰਗ ਲਿਆਉਂਦੀ ਹੈ ਜਦੋਂ ਵੀ ਤੁਸੀਂ ਉਹਨੇ ਆਪਣਾ ਫਲ ਦੇਣਾ ਉਹ ਤਾਂ ਦੇਣਾ ਹੀ ਹੈ ਔਰ ਬਾਕੀ ਅੱਜ ਦੇ ਟਾਈਮ 'ਚ ਜੋ ਜੇ ਆਪਾਂ ਗੱਲ ਕਰੀਏ ਤਾਂ ਮੀਡੀਆ ਔਰ ਇਹਨਾਂ ਰਿਐਲਿਟੀ ਸ਼ੋਜ਼ ਕਰਕੇ
ਬਹੁਤ ਜ਼ਿਆਦਾ ਸਕੋਪ ਹੋ ਗਿਆ। ਹਾਂ ਮਤਲਬ ਕਿ ਜਿਹੜਾ ਇੱਕ ਕਾਮਨ ਬੰਦਾ ਹੈ ਜਿਹੜਾ ਕਿ ਕਿਤੇ ਨਹੀਂ ਕਿਤੇ ਪਹੁੰਚ ਸਕਦਾ ਉਹ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਅਗਰ ਬਿਲਕੁਲ ਪਾਰਟਿਸਿਪੇਟ ਕਰਦਾ ਹੈ ਤਾਂ ਅੱਗੇ ਜਾ ਸਕਦਾ ਹੈ। ਬਿਲਕੁਲ, ਔਰ ਉਹਦੇ ਲਈ ਟੈਲੈਂਟ ਹੋਣਾ ਤਾਂ ਜ਼ਰੂਰੀ ਹਾਂਜੀ ਉਹ ਅਸੀਂ ਕਹਿ ਸਕਦੇ ਹਾਂ। ਬਿਲਕੁਲ, ਤੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇੱਕ ਆਪਣੇ ਪੰਜਾਬ ਦੇ ਵਿੱਚ ਇੱਕ ਜਿਹੜਾ ਕਲਚਰ ਚੱਲ ਪਿਆ ਜਿਹੜੇ ਵੀਡੀਓ ਸੌਂਗਸ ਬੰਦੇ ਨੇ, ਹਨਾ, ਜੀ ਕਿ ਜੀ ਇੱਕ ਪਹਿਲਾਂ ਹੁੰਦਾ ਸੀ ਸਿੰਗਰ ਦੇ ਉੱਪਰ ਸਿਰਫ ਇੰਨਾ ਹੁੰਦਾ ਸੀ ਕਿ ਉਹ ਇੱਕ ਸਿੰਗਰ ਹੈ, ਹਨਾ, ਜੀ। ਉਸ ਤੋਂ ਬਾਅਦ ਹੁਣ ਇਹ ਹੋ ਗਿਆ ਕਿ ਉਹਨੂੰ ਨਾਲ ਦੇ ਨਾਲ ਐਕਟਿੰਗ ਵੀ ਕਰਨੀ ਪੈਂਦੀ। ਤੁਹਾਨੂੰ ਕੀ ਲੱਗਦਾ ਇੱਕ ਸਿੰਗਰ ਦੇ ਉੱਤੇ ਜ਼ਿਆਦਾ ਰਿਸਪੋਂਸਿਬਿਲਟੀ ਆ ਗਈ ਹੈ? ਬਿਲਕੁਲ, ਟਾਈਮ ਦੇ ਹਿਸਾਬ ਨਾਲ ਜਿਹੜੀਆਂ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ, ਲੋਕਾਂ ਦਾ ਇੱਕ ਸਰੋਤਿਆਂ ਦਾ ਟਾਈਮ ਦੇ ਹਿਸਾਬ ਦੇ ਨਾਲ ਨਾਲ ਉਹ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ। ਅੱਜ ਕੱਲ੍ਹ ਜੋ ਸਰੋਤੇ ਮੰਗਦੇ ਨੇ ਕਿ ਤੁਸੀਂ ਅੱਜ ਕੱਲ੍ਹ ਦੇਖਿਆ ਪੰਜਾਬੀ ਮੂਵੀਜ਼ ਨੇ ਵੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਫੇਮਸ ਹੋਈਆਂ ਨੇ, ਔਰ ਬਹੁਤ ਹਾਂਜੀ ਜ਼ਿਆਦਾ ਲੋਕ ਉਹ ਪੰਜਾਬੀ ਮੂਵੀਜ਼ ਨੂੰ ਪਿਆਰ ਕਰ ਰਹੇ ਨੇ। ਔਰ ਉਹਦੇ ਵਿੱਚ ਮੋਸਟਲੀ ਤੁਸੀਂ ਦੇਖਿਆ ਕਿ ਮੋਸਟਲੀ ਸਿੰਗਰ ਸੀ ਜਿਹੜੇ ਐਜ਼ ਏ ਹੀਰੋ ਕੰਮ ਕਰ ਹਾਂਜੀ ਰਹੇ ਨੇ, ਔਰ ਲੋਕ ਉਸ ਚੀਜ਼ ਨੂੰ ਲਾਈਕ ਕਰਦੇ ਨੇ, ਸਰੋਤੇ ਉਸ ਚੀਜ਼ ਨੂੰ ਲਾਈਕ ਕਰਦੇ ਨੇ। ਜੇ ਤੁਸੀਂ ਐਜ਼ ਏ ਮਾਡਲਿੰਗ ਵੀ ਕਰਦੇ ਹੋ ਤਾਂ ਲੋਕ ਬਹੁਤ ਲਾਈਕ ਕਰਦੇ ਉਸ ਚੀਜ਼ ਨੂੰ। ਤੇ ਜਿਹੜਾ ਇੱਕ ਬੰਦਾ ਮਤਲਬ ਅਗਰ ਵਧੀਆ ਗਾਉਂਦਾ ਹੈ ਅਗਰ ਉਹਦੇ ਵਿੱਚ ਉਹ ਕੁਆਲਿਟੀ ਹੈ ਨਹੀਂ ਕੀ ਤਾਂ ਫਿਰ ਉਹ ਤੁਹਾਨੂੰ ਕੀ ਲੱਗਦਾ ਉਹ ਕਿੱਥੇ ਸਟੈਂਡ ਕਰਦਾ ਹੈ ਪੰਜਾਬੀ ਸਿੰਗਿੰਗ ਦੇ ਵਿੱਚ? ਐਜ਼ ਏ ਮਾਡਲ ਹਾਂਜੀ ਨਹੀਂ, ਇੱਦਾਂ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਜੇ ਜਿਹੜਾ ਤੁਹਾਡਾ ਕੰਮ ਹੈ ਲਾਈਕ ਸਿੰਗਿੰਗ ਹੈ, ਲੋਕਾਂ ਨੇ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡੀ ਗਾਇਕੀ ਸਿੰਗਿੰਗ ਦੇਖਣੀ ਹੈ ਆਵਾਜ਼ ਹੀ ਨਾ। ਦੇਖਣੀ ਹੈ। ਬਿਲਕੁਲ ਹਾਂਜੀ ਬਿਲਕੁਲ, ਉਹ ਚੀਜ਼ ਤਾਂ ਇੱਕ ਸੈਕਿੰਡ ਥਿੰਗ ਹੈ ਕਿ ਜੇ ਹਾਂਜੀ ਤੁਸੀਂ ਤੁਹਾਡੀ ਲੁੱਕ ਅੱਛੀ ਹੈ ਤੇ ਤੁਸੀਂ ਮਾਡਲਿੰਗ ਵੀ ਕਰਦੇ ਹੋ ਉਹ ਤੁਹਾਡਾ ਪਲੱਸ ਪੁਆਇੰਟ ਹੈ, ਬਾਕੀ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹ ਤਾਂ ਸਿੰਗਿੰਗ ਹੈ ਨਾ ਜੀ। ਤੇ ਅੱਜ ਕੱਲ੍ਹ ਜਿਹੜੇ ਪੰਜਾਬ ਦੇ ਗੀਤਾਂ ਦੇ ਵਿੱਚ ਬਹੁਤ ਜ਼ਿਆਦਾ ਅਸ਼ਲੀਲਤਾ ਆ ਗਈ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਜਿਹੜਾ ਇੰਨਾ ਕਿ ਅਮੀਰ ਵਿਰਾਸਤ ਹੈ ਜਿਹਦੀ ਉਹ ਆਪਣੇ ਕਲਚਰ ਤੋਂ ਬਹੁਤ ਜ਼ਿਆਦਾ ਹਟਦਾ ਜਾ ਰਿਹਾ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਆਪਣੀ ਆਪਣੀ ਸੋਚ ਹੈ ਉਹਨਾਂ ਦੀ, ਬਾਕੀ ਜਿਹੜਾ ਸਾਡਾ ਇੱਕ ਅੱਛੇ ਗਾਇਕ ਦਾ ਜਿਹੜਾ ਫਰਜ਼ ਹੈ, ਗਾਇਕ ਦਾ ਇੱਕ ਫਰਜ਼ ਹੈ ਇੱਕ ਇੱਕ ਮੈਸੇਜ ਦੇਣਾ, ਅੱਛਾ ਹਾਂਜੀ ਮੈਸੇਜ ਦੇਣਾ। ਔਰ ਜੇ ਇਹ ਸਾਡਾ ਇੱਕ, ਮੈਂ ਕਹਿੰਦਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਹੈ ਇਹ, ਜੇ ਤੁਸੀਂ ਇੱਕ ਚੰਗਾ ਮੈਸੇਜ ਦਿੰਦੇ ਆ ਸਮਾਜ ਨੂੰ ਤਾਂ ਉਹਦਾ ਚੰਗਾ ਪ੍ਰਭਾਵ ਪਏਗਾ, ਜੇ ਮਾੜਾ ਦਿੰਦੇ ਆ ਤਾਂ ਉਹਦਾ ਮਾੜਾ ਪ੍ਰਭਾਵ ਪਏਗਾ। ਸੋ ਇਹ ਇੱਕ ਸਿੰਗਰ ਨੂੰ ਬਿਲਕੁਲ ਉਹਦੀ ਬਹੁਤ ਵੱਡੀ ਰਿਸਪੋਂਸੀਬਿਲਟੀ ਹੈ ਇਹ ਕਿ ਉਹਨੂੰ ਅੱਛਾ ਮੈਸੇਜ ਦੇਣਾ ਚਾਹੀਦਾ, ਅੱਛੇ ਗਾਣੇ ਅੱਛੇ ਵੀਡੀਓਜ਼ ਦੇਣੇ ਚਾਹੀਦੇ ਨੇ ਹਾਂਜੀ ਤਾਂ ਕਿ ਜਿਹੜੇ ਆਪਾਂ ਆਪਣੀ ਫੈਮਿਲੀ ਵਿੱਚ ਬੈਠ ਕੇ ਦੇਖ ਐਟਲੀਸਟ ਦੇਖਣ ਜੋਗੇ ਹੋਏ ਹਾਂਜੀ ਹੋਏ। ਹਾਂਜੀ ਤੇ ਤੁਹਾਨੂੰ ਕਦੀ ਇੱਦਾਂ ਲੱਗਾ ਕਿ ਮੈਂ ਖੁਦ ਦਾ ਲਿਖਿਆ ਗੀਤ ਕਦੀ ਗਾਵਾਂ? ਦੀਆਂ ਤੁਸੀਂ ਤੁਹਾਨੂੰ ਲਿਖਣ ਦਾ ਸ਼ੌਂਕ ਹੋਵੇ ਗਾਣ ਦੇ ਨਾਲ ਨਾਲ? ਹਾਂਜੀ, ਮੈਨੂੰ ਸ਼ੌਂਕ ਤਾਂ ਹੈ ਪਰ ਹਾਲੇ ਤੱਕ ਮੈਂ ਉਹ ਨਿਪੜੇ ਨਹੀਂ ਚੜਾ ਸਕਿਆ, ਤੇ ਕੁਝ ਲਿਖਦੇ ਵੀ ਹੋ ਤੁਸੀਂ? ਕੋਸ਼ਿਸ਼ ਜਾਰੀ ਹੈ। ਤੇ ਬਾਕੀ ਮੈਨੂੰ ਜ਼ਿਆਦਾ ਜਿਹੜਾ ਸ਼ੌਂਕ ਹੈ ਉਹ ਕੰਪੋਜ਼ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ, ਚਲੋ ਔਰ ਮੈਂ ਵਧੀਆ ਕਈ ਗੱਲ ਹੈ। ਕੰਪੋਜੀਸ਼ਨਸ ਕਰਦਾ ਰਹਿੰਦਾ ਔਰ ਕਈ ਰਿਕਾਰਡ ਵੀ ਕੀਤੀਆਂ ਨੇ। ਦਿਲਜਾਨ ਜੀ, ਤੁਹਾਨੂੰ ਕਿਸ ਤਰ੍ਹਾਂ ਦੇ ਗਾਣੇ ਗਾਣੇ ਜ਼ਿਆਦਾ ਵਧੀਆ ਲੱਗਦੇ ਨੇ, ਸੂਫੀ, ਕਲਾਸੀਕਲ ਜਾਂ ਹਿੰਦੀ, ਪੰਜਾਬੀ? ਵੈਸੇ ਤਾਂ ਇੱਕ ਆਰਟਿਸਟ ਨੂੰ ਹਰ ਤਰ੍ਹਾਂ ਦਾ ਗਾਣਾ ਗਾਉਣਾ ਚਾਹੀਦਾ, ਵਰਸਟਾਈਲ ਹੋਣਾ ਚਾਹੀਦਾ ਉਹ ਆਰਟਿਸਟ, ਬਟ ਜਿਹੜਾ ਮੇਰੀ ਰੂਹ ਦੇ ਜ਼ਿਆਦਾ ਕਰੀਬ ਹੈ ਮੈਨੂੰ ਸੂਫੀ ਗਾਣਾ ਜ਼ਿਆਦਾ ਚੰਗਾ ਲੱਗਦਾ ਠੀਕ ਹੈ ਜੀ। ਤੇ ਤੁਹਾਡੀ ਅੱਗੇ ਫਿਊਚਰ ਪਲੈਨਿੰਗ ਕੀ ਨੇ? ਬਿਲਕੁਲ ਜੀ, ਫਿਊਚਰ ਪਲੈਨਿੰਗਸ ਕਾਫੀ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਮੈਂ ਇੱਕ ਕਮਰਸ਼ੀਅਲ ਐਲਬਮ ਰਿਲੀਜ਼ ਕਰਨ ਜਾ ਰਿਹਾ ਜਿਹਦੇ ਵਿੱਚ ਸਚਿਨ ਅਹੂਜਾ ਜੀ ਦਾ ਮਿਊਜ਼ਿਕ ਹੈ, ਔਰ ਉਹਦਾ ਜਿਹੜਾ ਵੀਡੀਓ ਹੈ ਅਸੀਂ ਕੈਨੇਡਾ ਸ਼ੂਟ ਕਰਕੇ ਆਏ ਹਾਂ, ਔਰ ਉਮੀਦ ਕਰਦਾ ਜਿਸ ਤਰ੍ਹਾਂ ਸੁਰਖੇਤਰ 'ਚ ਸਰੋਤਿਆਂ ਨੇ ਪਿਆਰ ਦਿੱਤਾ, ਦੁਆਵਾਂ ਦਿੱਤੀਆਂ, ਉਸੇ ਤਰ੍ਹਾਂ ਉਸ ਐਲਬਮ ਨੂੰ ਵੀ ਬਹੁਤ ਪਿਆਰ ਮਿਲੇਗਾ। ਔਰ ਹੋਰ ਵੀ ਕਾਫੀ ਫਿਊਚਰ ਪਲੈਨਿੰਗਸ ਨੇ, ਉਹਦੇ ਵਿੱਚ ਇੱਕ ਗਾਣਾ ਮੈਂ ਹਿਮੇਸ਼ ਰੇਸ਼ਮੀਆ ਜੀ ਸਾਡੇ ਕੈਪਟਨ ਸਾਹਿਬ ਉਹਨਾਂ ਲਈ ਮੈਂ ਇੱਕ ਗਾ ਕੇ ਆਇਆ ਜੋ ਕਿ ਬਹੁਤ ਜਲਦੀ ਉਹ ਵੀ ਕਿਸੇ ਹਿੰਦੀ ਮੂਵੀ ਵਿੱਚ ਆਏਗਾ, ਔਰ ਕੁਝ ਪੰਜਾਬੀ ਮੂਵੀਜ਼ ਲਈ ਵੀ ਗਾਣੇ ਕੀਤੇ ਨੇ ਉਹ ਵੀ ਆਉਣਗੇ। ਤੁਹਾਡੀ ਐਲਬਮ ਦਾ ਟਾਈਟਲ ਕੀ ਹੈ? ਮੇਰੇ ਐਲਬਮ ਦਾ ਟਾਈਟਲ ਹੈ ਜੀ ਯੂਅਰਸ ਦਿਲਜਾਨ, ਤੁਹਾਡਾ ਦਿਲਜਾਨ। ਤੇ ਉਹਦੇ ਵਿੱਚ ਸਾਰੇ ਗਾਣੇ ਇੱਕ ਸੂਫੀ ਟਾਈਪ ਦੇ ਨੇ ਕਿ ਸਾਰੇ ਅਲੱਗ-ਅਲੱਗ ਨਹੀਂ, ਤਰੀਕੇ ਦੇ ਉਹਦੇ ਨੇ? ਵਿੱਚ ਅਸੀਂ ਹਰ ਤਰ੍ਹਾਂ ਦਾ ਜਿਹੜਾ ਮੈਟਰ ਰੱਖਿਆ ਹੈ, ਸੂਫੀ, ਰੋਮਾਂਟਿਕ, ਬੀਟ ਸੌਂਗ, ਹਰ ਤਰ੍ਹਾਂ ਦਾ ਉਹਦੇ ਵਿੱਚ ਮੈਟਰ ਰੱਖਿਆ। ਮੈਂ ਉਹ ਗੀਤ ਤੁਹਾਡੀ ਨਜ਼ਰ ਕਰਦਾ ਜਿਹੜਾ ਅਸੀਂ ਜਿਹੜਾ ਸ਼ੂਟ ਵੀ ਕੈਨੇਡਾ ਕਰਕੇ ਆਏ ਹਾਂ, ਔਰ ਬਹੁਤ ਜਲਦੀ ਉਹ ਗਾਣਾ ਰਿਲੀਜ਼ ਕਰਨ ਜਾ ਰਹੇ ਹਾਂ ਤੁਹਾਡੀ ਨਜ਼ਰ। ਸਾਡਾ ਹੋ ਜਾਵੇ ਤੂੰ ਯਾਰਾ ਕੱਲ ਅੱਜ ਤੋਂ ਵੀ ਪਹਿਲਾਂ, ਸਾਡਾ ਹੋ ਜਾਵੇ ਤੂੰ ਯਾਰਾ ਕੱਲ
ਅੱਜ ਤੋਂ ਵੀ ਪਹਿਲਾਂ ਇਹ ਤੂੰ ਜੱਗ ਤੋਂ ਵੀ ਪਹਿਲਾਂ ਇਹ ਤੂੰ ਰੱਬ ਤੋਂ ਵੀ ਪਹਿਲਾਂ ਸਾਡਾ ਹੋ ਜਾਵੇ ਤੂੰ ਯਾਰਾ ਕੱਲ ਅੱਜ ਤੋਂ ਵੀ ਪਹਿਲਾਂ ਇਹ ਤੂੰ ਜੱਗ ਤੋਂ सुर क्षेत्र दे विच तुसी कई ऐसे गाने गाए जिन्हें तुहाडी एक अलग पहचान बनाई। मैं चाहनी हां तुसी साडे दर्शकां दे नाल दो लाइनां सांझियां करो। बिल्कुल जी, सुर क्षेत्र च उस मौला दे करके इन्नी अच्छियां परफॉर्मेंस रहियां ने जिन्हां परफॉर्मेंस ने मेरा फ्यूचर बनाया। सो सुर क्षेत्र दे चलदे एक थीम आया सीगा, फोक थीम। सो उहदे विच मेरा भी फिर फर्ज बनता सीगा कि क्योंकि मैं पंजाब नूं रिप्रजेंट कर रहा सी ते उहदे विच मैं सोनी महीवाल का किस्सा परफॉर्म किया सीगा और उहदे विच वो ऐसी परफॉर्मेंस रही कि जिस परफॉर्मेंस ने मेरा फ्यूचर बनाया और उस परफॉर्मेंस विच संगीत की महादेवी आशा भोसले जी वो उस गाने नूं सुन के रो पए सीगे। सो मैं चाहवांगा कि जरूर वो परफॉर्मेंस रोतियां दे रूबरू करा। चूर कर दें मिट्टी दिया घड़िया तेजा बन महबूब दिटाक पन ना सुटी तू मैनू चूर न कर दे नी मैं ता अगे बड़े दुख पा पहला चोट कहीं दी खादी नी फिर हाथ घुमियार दे कुट घुमियार मेरा चूरा किता निफिर छननी नाड़ छना पानी पा गारा किता मेरे पिने चा खूब बना चुक खुमियार पत्थर पर थरिया नी मेरे गेड़े तो खूब गवा इनिया मुसीबत पाके सोनिए असी टाक महबूब ते असी टाक मशूक दी कंडे उत्ते महर मावे आजा कदों दी खड़ी खड़ी मैं कंडे उत्ते महर मावे आजा कदों दी खड़ी दिल विच शौक मिलन दा दिल विच शौक मिलन दा उत्तों लगी है चढ़ी चढ़ी मैं कंडे उत्ते महर मावे आजा कदों दी खड़ी खड़ी मैं कंडे उत्ते महर मावे आजा कदों दी खड़ी। ते तुहानू सब तो ज्यादा किहदे वल्लों ज्यादा सपोर्ट मिली? बिल्कुल जी, जिदा मैं दस्या कि संगीत का जिहड़ा माहौल सीगा फैमिली सीगा और सब तो ज़्यादा जिहड़ी मैनू सपोर्ट रही है वह मेरे डैड की मैनू सपोर्ट बहुत रही है और फिर उस तो बाद थोड़े फ्रेंड्स सर्कल जिहड़ा कि थानू होर पुश करता है कि तुसी कर सकते हो और फ्रेंड सर्कल और कुछ मानयोग हस्तियाँ जिदे विच मैं जरूर नाम लेना चाहवांगा सत्कारयोग हमदर्द साहब और माणक साहब
और जिन्हां दे करके मैनू बहुत सपोर्ट मिली आ, क्योंकि माणक साहब अक्सर प्रोग्राम करवाते रहते हैं, मैनू बुलाते रहते हैं, मैनू बहुत मेरा मैनू एप्रीशिएट करते हैं, और बहुत मैनू हौसला भी मेरा वधदा है जदों एक, क्योंकि वो ऑडियंस एक वक्री ऑडियंस है। हाँ जी, वो ऑडियंस जिहड़ी है वो साहित्यक और सुनने वाले लोग ने, और मैनू उदों बहुत चंगा लगता है जदों उन्हां वालों एप्रीशिएट किया जाता है हाँ जी ऐसी हस्तियों वालों। आस करते हैं तुहानू साडा प्रोग्राम बहुत वधिया लग्या होएगा। दिलजान जी, तुहाडा साडे स्टूडियो दे विच आण लई बहुत बहुत धन्नवाद। बहुत मेहरबानी जी। अगली बार फिर मिलांगे एक नवे कलाकार दे नाल नवा प्रोग्राम लैके। तद तक लई सत श्री अकाल।